किसान भीरो सत श्री अकाल। अज लैके आया थोड़े लिए एक नवी वीडियो। जिवें कि तुहानू पता कि मौसम जिहड़ा हैगा उह चेंज हो चुके आ, गर्मी का मौसम आ गया। गर्मी दे विच सब तो ज्यादा जिहड़ी मेन प्रॉब्लम आउंदी है कि पशु आ जिहड़े दुध घट जांदे आ। कारण की हुंदा कि हीट स्ट्रेस ज्यादा वध जांदी आ, जिस दे कारण कि अपने पशु आ जिहड़े दुध घटना शुरू हो जांदे आ। क्योंकि आपां जे देखिए तां पशुआं दी वी इक मैंटल जिहड़ी स्थिति हुंदी आ इहनां दी, कि गर्मी दे विच इह की हुंदा गा इन्हां दी जिहड़ी स्ट्रेस होना शुरू होंदा, ठीक है, हीट स्ट्रेस ज्यादा वध जांदा, जिस दे करके की होना दुध घटना शुरू हो जांदा गा। सो इन्हां गल्लां नूं आपां ध्यान दे विच रखदे होए आपां तुहाडे लई एक प्रोडक्ट लैके आए आ वी जिहड़ा हैगा दुध आ उह गर्मियां दे विच ना घटे, अपना दुध पूरा बणिया रहे, ठीक है। ते इहदे लई आपां लैके आए आ तुहाडे लई प्रोडक्ट दिखाउणे आ जी। कैल्शियम हैगा अपना टीनागल DS, तुहानूं नेड़े करके दिखा दिंदा मैं इदां करके। ਇਹ ਟੀਨਾਕਲ DS, ਠੀਕ ਹੈ ਜੀ। ਇਹ ਕੈਲਸ਼ੀਅਮ ਹੈਗਾ ਆਪਣਾ, ਤੇ ਇਹਦੇ ਵਿੱਚ ਜਿਹੜੀ ਇਹਦੀ ਮਾਤਰਾ ਪਾਈ ਗਈ ਹੈ, ਠੀਕ ਹੈ, ਉਹ ਹੈਗੇ ਕੈਲਸ਼ੀਅਮ ਹੈਗਾ ਜੀ 32,560 ਮਿਲੀਗ੍ਰਾਮ, ਫਾਸਫੋਰਸ ਹੈਗਾ ਜੀ 16,770 ਮਿਲੀਗ੍ਰਾਮ, ਵਿਟਾਮਿਨ D3 ਹੈਗਾ 1,60,000 IU, ਵਿਟਾਮਿਨ B12 ਹੈਗਾ 2,000 ਮਾਈਕਰੋ ਗ੍ਰਾਮ, ਐਨਰਜੀ ਹੈਗੀ ਜੀ 4,250 ਕੈਲਰੀਜ। ਸੋ ਇਹਦੇ ਵਿੱਚ ਸਾਰੀਆਂ ਚੀਜ਼ਾਂ ਜੀ ਭਰਪੂਰ ਮਾਤਰਾ ਦੇ ਵਿੱਚ ਪਾਈਆਂ ਹੋਈਆਂ ਨੇ। ਤੁਸੀਂ ਆਪਣੇ ਇਹ ਪਸ਼ੂ ਨੂੰ ਕੈਲਸ਼ੀਅਮ ਹੈਗਾ ਜਿਹੜਾ ਦੇ ਸਕਦੇ ਹੋ, 100 ml ਦੀ ਡੋਜ ਹੈਗੀ ਆ। ਇਹ ਡਬਲ ਸਟਰੈਂਥ ਦੇ ਵਿੱਚ ਆ ਜੀ, ਜਿਵੇਂ ਤੁਹਾਨੂੰ ਦੱਸਿਆ ਵੀ DS ਦਾ ਮਤਲਬ ਹੈਗਾ ਡਬਲ ਸਟਰੈਂਥ ਟੀਨਾਕਲ DS। ਇਹ ਹੈਗਾ ਜੀ, ਇਹਨੂੰ ਪਾਉਣ ਦਾ ਤਰੀਕਾ ਤੁਸੀਂ 100 ml ਅੱਜ ਪਾ ਦਿਓ, ਤੇ ਜਾਂ ਫਿਰ 100 ml ਇੱਕ ਦਿਨ ਛੱਡ ਕੇ ਪਾ ਦਿਓ। ਵੀ ਮਤਲਬ ਜੇ ਆਪਾਂ ਗਾਵਾਂ ਦੀ ਗੱਲ ਕਰੀਏ ਤਾਂ ਤੁਸੀਂ ਇਹਨੂੰ 15 ਤੋਂ ਲੈ ਕੇ 20 ਦਿਨਾਂ ਦੇ ਵਿੱਚ ਪਾ ਸਕਦੇ ਹੋ, ਠੀਕ ਹੈ। ਮੱਝਾਂ ਦੀ ਗੱਲ ਕਰੀਏ ਤਾਂ 12-13 ਦਿਨ ਬਹੁਤ ਹੁੰਦਾ ਬਸ। ਤੇ ਬਾਕੀ ਤੁਸੀਂ ਦੁੱਧ ਦੀ ਇਹਦੀ ਪ੍ਰੋਡਕਸ਼ਨ, ਜਿਵੇਂ ਗਾਵਾਂ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਹਿਸਾਬ ਨਾਲ ਇਹਦੀ ਜਿਹੜੀ ਡੋਜ ਹੈਗੀ ਆ ਤੁਸੀਂ ਵਧਾ ਘਟਾ ਸਕਦੇ ਹੋ। ਜੇ ਜ਼ਿਆਦਾ ਪ੍ਰੋਡਕਸ਼ਨ ਹੈਗੀ ਆ ਦੁੱਧ ਦੀ ਤਾਂ ਉਸ ਹਿਸਾਬ ਨਾਲ ਇਹਦੀ ਡੋਜ ਹੈ ਤੁਸੀਂ ਵਧਾ ਸਕਦੇ ਹੋ। ਤੇ ਦੂਜੀ ਗੱਲ ਹੈਗੀ ਆ, ਜਿਵੇਂ ਆਪਣਾ ਸੂਣ ਤੋਂ ਬਾਅਦ ਕਈ ਵਾਰੀ ਪਸ਼ੂ ਦੇ ਵਿੱਚ ਕੈਲਸ਼ੀਅਮ ਦੀ ਕਮੀ ਜ਼ਿਆਦਾ ਹੋ ਜਾਂਦੀ ਆ ਜਾਂ ਡਾਊਨ ਹੋ ਜਾਂਦਾ, ਤੁਸੀਂ ਉੱਥੇ ਵੀ 250 ml ਅੱਜ ਦੇਤਾ, 250 ml ਕੱਲ ਨੂੰ ਦੇਤਾ, 2-3 ਡੰਗ ਇਦਾਂ ਕਰਕੇ ਤੁਸੀਂ 250 ml ਪਸ਼ੂ ਨੂੰ ਦੇ ਸਕਦੇ ਹੋ। ਤੇ ਆਪਣਾ ਜਿਹੜਾ ਪਸ਼ੂ ਹੈਗਾ ਗਾ ਕਿ ਉਹ ਐਨਰਜੀ ਜਿਹੜੀ ਹੈਗੀ ਆ ਉਹਦੀ ਉਹ ਬਣੀ ਰਹੂਗੀ, ਐਨਰਜੀ ਡਾਊਨ ਨਹੀਂ ਹੁੰਦਾ। ਜਿਵੇਂ ਕਹਿ ਦਈਏ ਆਪਾਂ ਮਿਲਕ ਫੀਵਰ ਹੋ ਜਾਂਦਾ ਪਸ਼ੂ ਨੂੰ, ਉਹ ਮਿਲਕ ਫੀਵਰ ਵੀ ਨਹੀਂ ਹੋਣ ਦਿੰਦਾ ਇਹ। ਤੇ ਦੂਜੀ ਗੱਲ ਇਹਦੀ ਦੁੱਧ ਦੀ ਪ੍ਰੋਡਕਸ਼ਨ ਆ ਜੀ ਉਹਨੂੰ ਅਪ ਕਰੂਗਾ, ਮਾਸਪੇਸ਼ੀਆਂ ਨੂੰ ਇਹ ਮਜ਼ਬੂਤ ਕਰਦਾ ਗਾ। ਤੇ ਦੂਜੀ ਗੱਲ ਪਸ਼ੂਆਂ ਦੀ ਜਿਹੜੀ ਸਿਹਤ ਹੈ ਉਹ ਬਣੀ ਰਹਿੰਦੀ ਆ। ਗਰਮੀਆਂ ਦੇ ਵਿੱਚ ਇਹ ਬਹੁਤ ਵਧੀਆ ਤੋਹਫਾ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਟੀਨਾਕਲ DS ਦੇ ਨਾਲ ਟਨੇਟਾ ਕੰਪਨੀ ਦਾ ਆਉਂਦਾ ਹੈਗਾ ਜੀ, ਤੇ ਆਪਣੇ ਪਸ਼ੂਆਂ ਨੂੰ ਪਿਲਾਓ ਤੇ ਗਰਮੀ ਤੋਂ ਰਾਹਤ ਪਾਓ, ਠੀਕ ਹੈ ਜੀ। ਤੇ ਬਾਕੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਸਾਡੀ ਵੀਡੀਓ ਲਾਈਕ ਕਰਦਿਆ ਕਰੋ, ਸਬਸਕ੍ਰਾਈਬਰ ਜ਼ਰੂਰ ਕਰਦਿਆ ਕਰੋ, ਕਿਉਂਕਿ ਸਾਡੇ ਚੈਨਲ ਤੇ ਹਜੇ ਸਬਸਕ੍ਰਾਈਬਰ ਇੰਨੇ ਹੋਏ ਨਹੀਂ, ਤੇ ਤੁਸੀਂ ਸਾਡਾ ਸਾਥ ਦਿਓ ਤੇ ਆਪਾਂ ਅੱਗੇ ਅੱਗੇ ਨਵੀਆਂ ਵੀਡੀਓ ਤੇ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਕਰਾਂਗੇ। ਜੇਕਰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਜੀ। ਥੈਂਕ ਯੂ। ਜੇਕਰ ਕੋਈ ਤੁਹਾਡਾ ਹੋਰ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਮੈਂ ਤੁਹਾਡਾ ਉੱਥੇ ਆਨਸਰ ਦੇ ਦੂੰਗੀ। ਥੈਂਕ ਯੂ।